सत श्रीकाल जी, आप जो है इस टाइम पीर मछले खड़े है, आप देखते हैं कि इतने एक विकास कार्यों का जोड़ा है इतने नींह पत्थर रख्या गया, तो उद्घाटन होया। आप गल करते इस टाइम प्रधान जी, की हाल है प्रधान जी? बहुत वधिया सुखविंदर जी, तुसीं सुनाओ? ठीक ठाक जी, आस करदे सारे ठीक होणगे। कि अज किहदा नींह पत्थर रख्या गया जी? ਇਹ ਬੜੇ ਲੰਬੇ ਸਮੇਂ ਤੋਂ ਸਾਡੇ ਇੱਧਰ ਪੂਰੇ ਕਿਸ਼ਨਪੁਰੇ ਦੀ DPS ਰੋਡ ਦੀ ਬਹੁਤ ਇੱਕ ਲੰਬੇ ਸਮੇਂ ਤੋਂ ਇਸ ਏਰੀਏ ਦੀ ਮੰਗ ਸੀਗੀ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਸਾਡੇ ਇਸ ਏਰੀਏ ਦੇ ਵਿੱਚ ਵਸੋਂ ਹੈ, ਬਹੁਤ ਸੁਸਾਇਟੀਆਂ ਨੇ, ਲੋਕ ਬਹੁਤ ਇੱਥੇ ਰਹਿੰਦੇ ਹੈ, ਅਤੇ ਸੀਵਰ ਨਹੀਂ ਪਿਛਲੇ ਸਮੇਂ 'ਚ ਕਿਸੇ ਨੇ ਵੀ ਧਿਆਨ ਦਿੱਤਾ ਵੀ ਇੱਥੇ ਸੀਵਰ ਪਾਇਆ ਜਾਣਾ ਚਾਹੀਦਾ ਹੈ ਅਤੇ ਪੈਣਾ। ਸੋ ਅਸੀਂ ਪਿਛਲੇ ਸਮੇਂ 'ਚ ਲਗਾਤਾਰ ਇਹਨੂੰ ਪਰਸਿਊ ਕਰਦੇ ਹੋਏ ਜਿਹੜੀਆਂ ਇਹ ਦੋ ਵੱਡੀਆਂ ਲਾਈਨਾਂ ਜਿਹੜੀਆਂ ਸੀਵਰ ਦੀਆਂ ਲੇਅ ਕੀਤੀਆਂ ਜਾਣੀਆਂ। ਵੀ ਇੱਕ ਇੱਥੇ ਕਿਸ਼ਨਪੁਰਾ ਸਾਈਡ ਤਕਰੀਬਨ ਇਹ ਅੱਜ 95 ਲੱਖ ਰੁਪਏ ਦੀ ਲਾਗਤ ਨਾਲ ਇਹ ਲੇ ਹੋਣੀ ਆ, ਅਤੇ ਇਹਦੇ ਨਾਲ ਹੀ ਹੈਗੇ ਅਟੈਚ ਹੁੰਦੇ ਹੋਏ DPS ਰੋਡ ਵਾਲੀ ਜਿਹੜੀ ਹੈ ਉਹ ਗਾਜ਼ੀਪੁਰ ਜਿਹੜਾ ਅੰਡਰ ਪਾਸ ਹੈ ਉੱਥੋਂ ਤੱਕਰ ਇਹ ਲੇ ਹੋਣੀ ਹੈ, ਜਿੱਥੇ ਮੇਨ ਹੈ ਉਹਦੇ ਨਾਲ ਜੁੜਨਾ, ਉਹ ਤਕਰੀਬਨ 1 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਉਹ ਲਾਈਨ ਲੈ ਹੋਣੀ। ਸੋ ਇਹ ਦੋਨੋਂ ਕੰਮਾਂ ਦਾ ਜਿਹੜਾ ਸ਼ੁਰੂਆਤ ਹੈ ਅੱਜ ਸਾਡੇ ਸਮੁੱਚੇ ਇਸ ਏਰੀਏ ਦੇ ਜਿਹੜੇ ਲੋਕ ਨੇ ਉਹਨਾਂ ਨੇ ਆਪ ਮੁਹਾਰ ਹੋ ਕੇ ਇਹਦੀ ਸ਼ੁਰੂਆਤ ਕਰਾਈ ਹੈ। ਆਮ ਤੌਰ 'ਤੇ ਤੁਹਾਡੇ ਇਲਜ਼ਾਮ ਲੱਗਦੇ ਕਿ ਜਿੰਨੇ ਵਿਕਾਸ ਕਾਰਜ ਤੁਸੀਂ ਕਰਾਉਂਦੇ ਹੋ ਕਿ ਬਿਲਡਰਾਂ ਨੂੰ ਫਾਇਦਾ ਦੇਣ ਲਈ, ਹੁਣ ਕਿਹੜੇ ਕਿਹੜੇ ਬਿਲਡਰ ਨੂੰ ਫਾਇਦਾ ਦੇ ਰਹੇ ਹੋ? ਇਹ ਤਾਂ ਆਹ ਦੇਖੋ ਸਾਰੇ ਜਣੇ ਖੜ੍ਹੇ ਆ ਇੱਥੇ, ਇਹਦੇ 'ਚੋਂ ਜੇ ਕੋਈ ਬਿਲਡਰ ਲੱਗਦਾ, ਉਹ ਜਿਹੜੇ ਬਿਲਡਰ ਹੁੰਦੇ ਆ, ਜਿਹੜੇ ਆਪ ਬਿਲਡਰ ਨੇ, ਜਿਹੜੇ ਫਿਰ ਤੁਸੀਂ ਆਪ ਸੁਣਿਆ ਸਾਰਿਆਂ ਦੀ ਵੀ ਇੰਨੇ ਸਾਲਾਂ ਤੋਂ ਜਿਨ੍ਹਾਂ ਨੇ ਇੱਥੇ ਕਾਰਜ ਚਲਾਇਆ ਹੈ, ਅਤੇ ਅੱਜ ਆਪਾਂ ਖੜ੍ਹੇ ਹਾਂ, ਅੱਜ ਬੁਨਿਆਦੀ ਸਹੂਲਤ ਫਰੋਮ ਜ਼ੀਰੋ ਲੋਕਾਂ ਨੂੰ ਅਸੀਂ ਦੇ ਰਹੇ ਹਾਂ ਜਿਹੜੀਆਂ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤੀ। ਸੋ ਉਹ ਲੋਕਾਂ ਨੂੰ, ਸ਼ਰਮਾ ਜੀ ਨੂੰ, ਉਹਨਾਂ ਦੀ ਟੀਮ ਨੂੰ, ਜਿਹੜੀ ਬਿਲਡਰਾਂ ਦੀ ਟੀਮ ਆ, ਉਹਨਾਂ ਨੂੰ ਬਿਲਡਰ ਹੀ ਨਜ਼ਰ ਆਉਂਦੇ ਆ ਸਾਰੇ। ਸੋ ਮੈਂ ਪਹਿਲਾਂ ਵੀ ਉਹਦੇ ਨੇ ਜ਼ਿਕਰ ਕਰਿਆ ਸੀਗਾ ਵੀ ਥੋੜ੍ਹਾ ਜਿਹਾ ਦੁਬਾਰਾ ਮੈਂ ਇਹੀ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਜਿਹੜੀਆਂ ਅੱਖਾਂ ਹੈਗੀਆਂ ਉਹ ਜ਼ਰੂਰ ਕਿਸੇ ਚੰਗੇ ਡਾਕਟਰ ਤੋਂ ਚੈੱਕ ਕਰਾ ਲੈਣ। ਇੱਕ ਆਪਾਂ ਗੱਲ ਕਰਦੇ ਕਿ ਜਿੱਦਾਂ ਡੇਂਗੂ ਦੀ ਬਿਮਾਰੀ ਬਹੁਤ ਭਿਆਨਕ ਰੂਪ ਲੈ ਰਹੀ ਹੈ, ਔਰ ਤੁਹਾਡੇ ਉੱਤੇ ਆਰੋਪ ਲੱਗ ਰਹੇ ਕਿ ਤੁਹਾਡਾ ਪ੍ਰਸ਼ਾਸਨ ਜਿਹੜਾ ਬੁਰੀ ਤਰ੍ਹਾਂ ਫੇਲ ਹੋ ਰਿਹਾ ਇਸ ਨੂੰ ਕਾਬੂ ਕਰਨ? ਦੇਖੋ ਗੱਲ ਇਹ ਹੈ ਵੀ ਮੈਂ ਇਹ ਬੇਨਤੀ ਉਦੋਂ ਪਹਿਲਾਂ ਵੀ ਕੀਤੀ ਹੈ ਅਤੇ ਮੈਂ ਅੱਜ ਵੀ ਕਰਦਾ ਵੀ ਬਿਮਾਰੀ ਇੱਕ ਇਹੋ ਜਿਹਾ ਵਿਸ਼ੇ ਹੈ ਜਿਹਦੇ 'ਤੇ ਕਦੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਾਡੇ ਲਗਾਤਾਰ ਇੱਥੇ ਸਾਰੇ ਸਾਡੇ ਰੈਜੀਡੈਂਟਸ ਖੜ੍ਹੇ ਨੇ, ਲਗਾਤਾਰ ਅਸੀਂ ਸਮੇਂ ਪਰ ਸਮੇਂ ਫੋਗਿੰਗ ਸੁਸਾਇਟੀਆਂ ਦੇ ਵਿੱਚ ਭੇਜ ਕੇ, ਸਾਡੀ ਟੀਮ ਹੈ ਜਿਹੜੀ, ਸਾਡੀਆਂ ਤੋਂ 3 ਟੀਮਾਂ ਨੇ, ਸ਼ਹਿਰ ਬਹੁਤ ਵੱਡਾ ਹੈ, ਲਗਾਤਾਰ ਨਿਰੰਤਰ ਡੇਲੀ ਸਵੇਰੇ ਅਤੇ ਸ਼ਾਮ ਦੋਨੋਂ ਟਾਈਮ ਸਾਡੀ ਟੀਮ ਜਿਹੜੀ ਆ ਹਰ ਇੱਕ ਵਾਰਡ ਦੇ ਵਿੱਚ ਜਾ ਕੇ ਅੱਡ ਅੱਡ ਥਾਵਾਂ ਦੇ ਵਿੱਚ ਪਿੰਡਾਂ ਦੇ ਵਿੱਚ ਫੋਗਿੰਗ ਕਰ ਰਹੀ ਹੈ। ਪਰ ਗੱਲ ਇਹ ਹੈ ਵੀ ਜਿਹੜਾ ਇਹ ਬਿਮਾਰੀ ਦਾ ਕਹਿਰ ਹੁੰਦਾ, ਪਹਿਲਾਂ ਕਰੋਨਾ ਦਾ ਆਇਆ, ਹੁਣ ਇਹ ਚੀਜ਼ ਹੈ, ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ, ਇਹ ਇਕੱਲੇ ਆਪਣੇ ਇੱਥੇ ਨਹੀਂ, ਇਹ ਪੂਰੇ ਸੂਬੇ ਦੇ ਵਿੱਚ, ਗਵਾਂਢੀ ਸੂਬਿਆਂ ਦੇ ਵਿੱਚ, ਰਾਜਸਥਾਨ 'ਚ, ਹਰਿਆਣੇ 'ਚ, ਹਰ ਥਾਂ 'ਤੇ ਇਸ ਚੀਜ਼ ਦਾ ਆਪਾਂ ਨੂੰ ਇਸ ਗੱਲ 'ਤੇ ਮੈਂ ਸਮਝਦਾ ਵੀ ਇਹ ਜਿਹੜੀ ਮਨਸ਼ਾ ਹੈ ਜਿਹੜੇ ਲੋਕ ਇਹਦੇ 'ਤੇ ਰਾਜਨੀਤੀ ਕਰ ਰਹੇ, ਉਹਨਾਂ ਦੀ ਮਨਸ਼ਾ ਸਾਹਮਣੇ ਆਉਂਦੀ ਹੈ ਵੀ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਜਾਂ ਸੰਕਟ ਦਾ ਸਮਾਂ ਆਉਂਦਾ, ਜੇ ਉਹਦੇ ਵਿੱਚ ਵੀ ਉਹ ਸਿਆਸੀ ਲਹਿਰ ਲੈਣਾ ਚਾਹੁੰਦੇ ਆ, ਤਾਂ ਮੈਂ ਸਮਝਦਾ ਲੋਕ ਇਸ ਗੱਲ ਤੋਂ ਬੜੇ ਸਿਆਣੇ ਆ, ਲੋਕ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਪ੍ਰਧਾਨ ਜੀ, ਇੱਥੇ ਗੱਲ ਇੱਕ ਹੋਰ ਸੋਚਣ ਵਾਲੀ ਹੈਗੀ ਕਿ ਆਮ ਤੌਰ 'ਤੇ ਇਲਜ਼ਾਮ ਲੱਗਦੇ ਜਿਹੜਾ ਪਟਕੋਲੀ ਹਸਪਤਾਲ ਆ, ਤਕਰੀਬਨ 4 ਲੱਖ ਜਨਤਾ ਨੂੰ ਆਪਣੇ ਕਵਰ ਕਰਦਾ, ਉੱਥੇ ਟੈਸਟ ਕਿੱਟਾਂ ਤੱਕ ਨਹੀਂ ਹੈਗੀਆਂ, ਕਰੋਨਾ ਦੀ ਟੈਸਟ ਕਿੱਟ ਤੱਕ ਅਵੇਲੇਬਲ ਨਹੀਂ ਹੈਗੀ। ਦੇਖੋ ਕਰੋਨਾ ਦੀਆਂ ਜਿਹੜੀਆਂ ਡੇਂਗੂ ਦੀਆਂ, ਦੇਖੋ ਡੇਂਗੂ ਜਿਹੜਾ ਹੈਗਾ, ਡੇਂਗੂ ਦੇ ਜਿਹੜੇ ਟੈਸਟ ਨੇ ਉਹ ਸਪੈਸ਼ਲ ਜਿਹੜੀਆਂ ਲੈਬੋਰਟਰੀਆਂ ਉਹਦੇ ਵਿੱਚ ਜਾਂਦੇ ਆ, ਅਤੇ ਪਿਛਲੇ ਸਮੇਂ ਦੇ ਵਿੱਚ ਨਿਰੰਤਰ ਤੁਸੀਂ ਦੇਖਿਆ ਸਾਡੇ ਜਿਵੇਂ ਆਪਣੇ ਇੱਕ ਪੱਤਰਕਾਰ ਭਾਈਚਾਰੇ ਤੋਂ ਸਾਡੇ ਸੀ, ਉਹਨਾਂ ਦੇ ਬੇਟੇ ਦੀ ਡੈਥ ਹੋਈ, ਉਹਦੇ ਤਹਿਤ ਵੀ ਸਾਡੇ ਆਪਦੇ ਇੱਕ ਸਾਡੇ ਕੌਂਸਲਰ 18 ਨੰਬਰ ਵਾਰਡ ਤੋਂ ਸਾਡੇ ਅਵਤਾਰ ਜੀ ਨੇ ਇਲੈਕਸ਼ਨ ਲੜੀ। ਕਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹੋ ਜਿਹੀਆਂ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ, ਜਿਹਦੇ ਕਰਕੇ ਅਸੀਂ ਸਾਰਿਆਂ ਨੂੰ ਇਹ ਪਹਿਲਾਂ ਵੀ ਬੇਨਤੀ ਕੀਤੀ ਬਈ ਸਰਕਾਰੀ ਲੈਬੋਰਟਰੀਆਂ ਤੋਂ ਟੈਸਟ ਕਰਵਾਓ। ਕਈ ਆਪਦੇ ਪ੍ਰਾਈਵੇਟ ਫਾਇਦਿਆਂ ਦੇ ਵਾਸਤੇ ਜਿਹੜੇ ਹੋਸਪਿਟਲ ਨੇ ਉਹ ਗਲਤ ਰਿਪੋਰਟਾਂ ਬਣਾ ਕੇ ਦਿੰਦੇ ਆ ਪੈਸੇ ਕਮਾਉਣ ਦੇ ਲਈ, ਜਿਹਦੇ ਵਿੱਚ ਆਪਾਂ 2-3 ਇਹੋ ਜਿਹੇ ਲੋਕ ਫੜੇ ਵੀ ਹੈ, ਅਤੇ ਉਹਨਾਂ 'ਤੇ ਬਕਾਇਦਾ DC ਸਾਹਿਬ ਦੇ ਹੁਕਮਾਂ ਦੇ ਰਾਹੀਂ ਉਹਦੇ 'ਤੇ ਐਕਸ਼ਨ ਵੀ ਹੋਇਆ। ਸੋ ਗੱਲ ਇਹ ਹੈ ਵੀ ਇਹ ਚੀਜ਼ ਬਕਾਇਦਾ, ਜੇ ਆਪਾਂ ਕਹੀਏ ਵੀ ਕੋਈ ਔਨ ਸਪੋਟ ਡੇਂਗੂ ਦੀ ਕੋਈ ਕਿੱਟ ਹੁੰਦੀ ਹੈ, ਉਹ ਨਹੀਂ ਹੁੰਦੀ, ਇਹ ਤਕਰੀਬਨ 3 ਦਿਨਾਂ ਬਾਅਦ ਇਹਦਾ ਪਤਾ ਲੱਗਦਾ, ਉਦੋਂ ਪਹਿਲਾਂ ਨੈਗੇਟਿਵ ਆਉਂਦੀ ਹੈ, ਅਤੇ ਉਹ ਵੀ ਸਪੈਸ਼ਲ ਜਿਹੜੀਆਂ ਲੈਬੋਰਟਰੀਆਂ ਨੇ ਉਹਦੇ ਵਿੱਚੋਂ ਉਹਦੀ ਟੈਸਟ ਹੋ ਕੇ ਉਹਦੀ ਰਿਪੋਰਟ ਆਉਂਦੀ ਹੈ। ਅੱਛਾ, ਇੱਕ ਤੁਹਾਡੇ ਜਿਹੜੀ ਹੁਣ ਮੀਟਿੰਗ ਹੋਈ ਸੀਗੀ, ਮੇਰੇ ਖਿਆਲ 32 ਕਰੋੜ ਦੇ ਮਤੇ ਪਾਸ ਹੋਏ ਸੀ ਉਹਦੇ ਵਿੱਚ, ਇੱਕ ਤੁਸੀਂ ਕਰੋਨਾ ਸੰਬੰਧੀ ਵੀ ਕੋਈ ਮੇਰੇ ਖਿਆਲ ਨਾਲ ਐਲਾਨ ਕੀਤਾ ਸੀ? ਦੇਖੋ ਉਹਦੇ ਵਿੱਚ ਕੋਵਿਡ ਦਾ ਜਿਹੜਾ ਸਮਾਂ ਸੀਗਾ ਉਹਦੇ ਦੌਰਾਨ ਸਾਡੇ ਜਿਹੜੇ ਕੁਛ ਲੋਕ ਜਿਨ੍ਹਾਂ ਨੂੰ ਤਕਰੀਬਨ 5 ਮਰਲੇ ਤੱਕ ਜਿਹੜੇ ਘਰ ਨੇ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਜਿਹੜੇ ਲੋਕ ਮੈਂ ਸਮਝਦਾ ਵੀ ਦਿੱਕਤ ਜ਼ਿਆਦਾ ਆਈ ਉਹਨਾਂ ਨੂੰ, ਉਹਦੇ ਸੰਬੰਧ ਅਸੀਂ ਇਹ ਪਾਸ ਕੀਤਾ ਹਾਊਸ ਨੇ ਬਈ ਉਹਨਾਂ ਦਾ ਜਿਹੜਾ 1 ਸਾਲ ਦਾ ਪ੍ਰੋਪਰਟੀ ਟੈਕਸ ਹੈ ਘਰਾਂ ਦਾ, ਵੀ ਉਹ ਅਸੀਂ 1 ਸਾਲ ਦਾ ਜਿਹੜਾ ਕਰੋਨਾ ਦਾ ਸਮਾਂ ਸੀ ਉਹ ਵੇਵ ਆਫ ਕੀਤਾ, ਉਹ ਕਲੀਅਰ ਕੀਤਾ ਵੀ ਉਹ 1 ਸਾਲ ਜਿਹੜਾ ਉਹਨਾਂ ਨੂੰ
छूट दी है, टैक्स तो राहत दी है। एक पंजाब सरकार वालों हुण बिजली ते पानी बिल माफ दी भी कोई स्कीम आ रही है? बिल्कुल, उहदे विच पिछले समय तकरीबन अपने मैं जे जीरकपुर शहर की गल करा तो पूरे हल्के की गल करा तकरीबन बिजली दे जिहड़े बिल बिल्कुल स्क्रेप ऑफ होए है वह 22,000 साढ़े हल्के दे विच इहे जे लाभ प्राप्ति है जिन्हां दे बिल माफ होए। अच्छा। किसी का भी होवे उहदे विच 5 रुपया होवे बेशक 1.5 लाख होवे सरकार ने बिल्कुल उस चीज़ नूं स्क्रेप ऑफ किया। तो जिहड़े पानी दे बिल है उहदे विच भी यह फैसला साढ़े माननीय मुख्यमंत्री चन्नी साहब ने लिया भी हुण अगे आने वाले समय दे विच पिछले बिल जिहड़े आ उह क्लीयर किए जाते हैं तो अगले समय दे विच निरंतर जिहड़ा महीने का 50 रुपये जिहड़ा बिल है बजिया बिल आया करेगा सिर्फ फिक्स करता। ये सारे सारे दे की कोई स्कीम हैगी कि इहदे विच इहदी जिहड़ी प्रोपर नोटिफिकेशन हैगी आ उह साडे कोले एक दो दिन पहलां साडे कोले आई है तो उहदे ते असीं अज ही दुपहरे उस चीज़ की प्रोपर जो नोटिफिकेशन है उन्होंने करके जी बुनियादी पूरे शहर के भी तो उन्होंने असी अच्छ दुपहरे बकायदा जोड़ा है उन्होंने लागू करा। धन्यवाद।